ਇੱਕ ਨਾ ਰਾਜਾ ਸੀ, ਉਹ ਰਾਜਾ ਕਹਿੰਦਾ ਯਾਰ ਮੈਂ ਰਾਜਾ ਤਾਂ ਹੈਗਾ ਪਰ ਮੈਂ ਮਸ਼ਹੂਰ ਨਹੀਂ ਹੈਗਾ। ਉਹਨੇ ਆਪਦੇ ਵਜ਼ੀਰ ਵਜ਼ੂਰ ਬੁਲਾਏ ਵੀ ਮੈਂ ਕੀ ਕਰਾਂ ਵੀ ਲੋਕਾਂ 'ਚ ਮੇਰੀ ਬੱਲੇ ਬੱਲੇ ਹੋ ਜੇ, ਰਾਜਾ ਤਾਂ ਮੈਂ ਹੈਗਾ, ਰਾਜਾ ਤਾਂ ਮੈਂ ਜੱਦੀ ਪੁਸ਼ਤੀ ਹਾਂ ਪਰ ਮੇਰੇ ਲੋਕਾਂ 'ਚ ਨਾ ਮੇਰੀ ਇੰਨੀ ਮਸ਼ਹੂਰੀ ਨਹੀਂ ਹੈਗੀ। ਵਜ਼ੀਰ ਕਹਿੰਦੇ ਵੀ ਕਰਨਾ ਕੀ ਹੈ ਜੀ, ਖਜ਼ਾਨੇ ਦਾ ਮੂੰਹ ਜਨਤਾ ਵੱਲ ਨੂੰ ਖੋਲ੍ਹ ਦਿਓ, ਲੋਕ ਬੱਲੇ ਬੱਲੇ ਕਰ ਦੇਣਗੇ। ਤੁਹਾਡੀ ਅਨਾਊਂਸਮੈਂਟ ਕਰਤੀ ਜੀ, ਮਹਿਲਾਂ ਦੇ ਮੂਹਰੇ ਖਜ਼ਾਨੇ ਦੇ ਮੂੰਹ ਖੁੱਲਣਗੇ, ਆਓ ਜੀ ਲੋਕਾਂ ਨੂੰ ਕਿਹਾ। ਲੋਕ ਲਾਈਨ ਲਾ ਕੇ ਆ ਗਏ, ਕਿਸੇ ਨੂੰ ਮੋਹਰਾਂ ਮਿਲ ਜਾਂਦੀਆਂ ਸੋਨੀ ਦੀਆਂ, ਕਿਸੇ ਨੂੰ ਚਾਂਦੀ ਦੀਆਂ, ਕਿਸੇ ਨੂੰ ਟਕੇ, ਕਿਸੇ ਨੂੰ ਜੋ ਵੀ ਉਸ ਜ਼ਮਾਨੇ ਦੀ ਕਰੰਸੀ ਸੀ ਮਿਲੀ ਜਾਂਦੇ ਆ। ਇੱਕ ਫਕੀਰ ਵੀ ਲਾਈਨ 'ਚ ਲੱਗਿਆ ਹੋਇਆ ਸੀ, ਰੱਬ ਦਾ ਬੰਦਾ, ਭਗਤ ਬੰਦਾ। ਜਦੋਂ ਉਹਦੀ ਵਾਰੀ ਆਈ ਤਾਂ ਇੱਕ ਖੱਬੇ ਪਾਸੇ ਕੋਈ ਬੰਦਾ ਬੈਠਾ ਸੀ ਅਪਾਹਜ, ਉਹਨੇ ਦੇਖਿਆ ਕਹਿੰਦਾ ਯਾਰ ਤੂੰ ਤਾਂ ਹੈਂਡੀਕੈਪਟ ਹੈ, ਤੂੰ ਤਾਂ ਹਜੇ ਲਾਈਨ 'ਚ ਵੀ ਨਹੀਂ ਲੱਗਿਆ, ਪਿੱਛੋਂ ਤਾਂ ਲਾਈਨ ਹੀ ਬਹੁਤ ਲੰਬੀ ਆ ਯਾਰ, ਤੇਰੀ ਤਾਂ ਵਾਰੀ ਨਹੀਂ ਆਉਣੀ, ਤੂੰ ਇੱਕ ਕੰਮ ਕਰ, ਤੂੰ ਮੇਰੀ ਥਾਂ 'ਤੇ ਵਾਰੀ ਲੈ ਲਾ ਮੇਰੀ, ਮੈਂ ਬਾਅਦ 'ਚ ਪਿੱਛੇ ਲਾਈਨ 'ਚ ਲੱਗ ਕੇ ਆ ਜਾਂਦਾ। ਉਹਨੇ ਆਪਦੀ ਵਾਰੀ ਉਹਨੂੰ ਦੇਤੀ ਜੀ, ਫਿਰ ਲਾਈਨ 'ਚ ਲੱਗ ਕੇ ਆ ਗਿਆ। ਜਦੋਂ ਫਿਰ ਵਾਰੀ ਆਈ ਉਸ ਫਕੀਰ ਦੀ, ਸੱਜੇ ਪਾਸੇ ਬੈਠਾ ਸੀ ਇੱਕ, ਉਹ ਕਹਿੰਦਾ ਯਾਰ ਤੂੰ ਤਾਂ ਪੱਟੀਆਂ ਕਰੀ ਬੈਠਾ, ਤਾਂ ਜ਼ਖਮੀ ਹੈ, ਤੂੰ ਤਾਂ ਹਜੇ ਲਾਈਨ 'ਚ ਵੀ ਨਹੀਂ ਲੱਗਿਆ, ਤਾਂ ਲਾਈਨ ਹੀ ਬੜੀ ਲੰਬੀ ਹੈ, ਤੇਰੀ ਤਾਂ ਨਹੀਂ ਵਾਰੀ ਆਉਣੀ, ਤੂੰ ਇੱਦਾਂ ਕਰ ਤੂੰ ਮੇਰੀ ਥਾਂ 'ਤੇ ਆ ਜਾ, ਮੈਂ ਬਾਅਦ 'ਚ ਆ ਜਾਂਦਾ, ਕੋਈ ਨਹੀਂ ਮੈਨੂੰ ਕੋਈ ਕਾਹਲੀ ਨਹੀਂ। ਜਦੋਂ 7-8 ਵਾਰ ਉਹਨੇ ਇੱਦਾਂ ਕੀਤਾ ਕਿ ਆਪਦੀ ਵਾਰੀ ਦੇ ਕੇ ਫਿਰ ਪਿੱਛੇ ਲਾਈਨ 'ਚ ਲੱਗ ਜਾ ਕਰੇ, ਸਾਰੇ ਸ਼ਹਿਰ 'ਚ ਰਾਜੇ ਦਾ ਕੋਈ ਨਾ ਹੀ ਨਾ ਲਵੇ, ਸਾਰੀ ਚਰਚਾ ਹੀ ਫਕੀਰ ਦੀ ਚੱਲੇ, ਕਹਿੰਦੇ ਇੱਕ ਬੰਦਾ ਹੋਏ ਉਹ ਸਵੇਰ ਦਾ ਵਾਰੀਆਂ ਹੀ ਦੇਈ ਜਾਂਦਾ, ਓਏ ਬੱਲੇ ਬੱਲੇ ਆ, ਕਹਿੰਦੇ ਕਮਾਲ ਆ ਬੰਦਾ ਯਾਰ। ਉਹ ਰਾਜੇ ਨੂੰ ਜਦੋਂ ਪਤਾ ਲੱਗਿਆ ਉਹਨੂੰ ਬੜਾ ਗੁੱਸਾ ਆਇਆ, ਖਜ਼ਾਨਾ ਮੈਂ ਵੰਡੀ ਜਾਂਦਾ, 9 ਫਕੀਰ ਦਾ ਹੋਈ ਜਾਂਦਾ, ਬੜਾ ਗੁੱਸੇ ਹੋਇਆ ਰਾਜਾ, ਕਹਿੰਦਾ ਮੈਂ ਆਪ ਜਾਂਦਾ ਆਪ ਜਾਂਦਾ, ਕਹਿੰਦਾ ਮੈਂ ਕਰਦਾ ਠੀਕ ਉਹਨੂੰ, ਆਪ ਚਲੇ ਗਿਆ ਰਾਜਾ। ਜਦੋਂ ਫਕੀਰ ਦੀ ਵਾਰੀ ਆਈ ਤਾਂ ਉਹ ਕਹਿੰਦਾ ਕਿਸੇ ਹੋਰ ਨੂੰ, ਕਹਿੰਦਾ ਤੂੰ ਆ ਜਾ, ਤੂੰ ਮੇਰੀ ਥਾਂ 'ਤੇ ਆ ਜਾ, ਮੈਂ ਤਾਂ ਬਾਅਦ 'ਚ ਆ ਜਾਊਂ। ਕਹਿੰਦਾ ਕੋਈ ਗੱਲ ਨਹੀਂ, ਮੈਨੂੰ ਲੱਗਦਾ ਤੇਰੀ ਵਾਰੀ ਨਹੀਂ ਆਉਣੀ, ਤੂੰ ਗਰੀਬ ਬੰਦਾ ਹੈ, ਤੂੰ ਹੁਣ ਲੇਟ ਆਇਆ। ਰਾਜਾ ਕਹਿੰਦਾ ਗੱਲ ਸੁਣ, ਉਹ ਫਕੀਰਾ ਤੂੰ ਸਵੇਰ ਦਾ ਇਹ ਕੰਮ ਕਰੀ ਜਾਂਦਾ, ਇੱਥੇ 10-15 ਵਾਰ ਹੋ ਗਿਆ ਇੱਦਾਂ ਕਿ ਤੂੰ ਲਾਈਨ 'ਚ ਲੱਗਦਾ, ਜੋ ਤੇਰੀ ਵਾਰੀ ਆਉਂਦੀ ਹੈ ਕਿਸੇ ਹੋਰ ਨੂੰ ਵਾਰੀ ਦੇ ਕੇ ਆ ਫਿਰ ਲਾਈਨ 'ਚ ਲੱਗ ਜਾਂਦਾ, ਇਹ ਗਲਤ ਗੱਲ ਹੈ। ਫਕੀਰ ਕਹਿੰਦਾ ਰਾਜਾ ਕੋਈ ਗਲਤ ਗੱਲ ਨਹੀਂ, ਕਹਿੰਦਾ ਪਤਾ ਨਹੀਂ ਇੱਕੋ ਜਿਹੇ। ਉਹ ਕਹਿੰਦਾ ਮੈਂ ਰਾਜਾ ਤੂੰ ਫਕੀਰ ਹੈ, ਇੱਕੋ ਜਿਹੇ ਕਿਵੇਂ ਹੋ? ਕਹਿੰਦਾ ਗੱਲ ਇਹ ਹੈ ਰਾਜਾ, ਜੋ ਤੇਰੇ ਕੋਲ ਹੈ ਤੂੰ ਵੰਡੀ ਜਾਂਦਾ, ਜੋ ਮੇਰੇ ਕੋਲ ਹੈ ਮੈਂ ਵੰਡੀ ਜਾਂਦਾ, ਤੇਰੇ ਕੋਲ ਖਜ਼ਾਨਾ ਮੇਰੇ ਕੋਲ ਵਾਰੀ ਹੈ, ਤੇਰੇ ਕੋਲ ਖਜ਼ਾਨਾ ਮੇਰੇ ਕੋਲ ਵਾਰੀ ਹੈ, ਤੂੰ ਖਜ਼ਾਨਾ ਵੰਡੀ ਜਾ ਮੈਂ ਵਾਰੀਆਂ ਵੰਡੀ ਜਾਂਦਾ, ਦੇਖਦਿਆਂ ਭਲਾ ਕੌਣ ਪਹਿਲਾਂ ਮੁੱਕਦਾ। ਹੁਣ ਖਜ਼ਾਨਾ ਤਾਂ ਇੱਕ ਨਾ ਇੱਕ ਦਿਨ ਮੁੱਕ ਹੀ ਜਾਊਗਾ, ਵਾਰੀਆਂ ਥੋੜ੍ਹੀ ਮੁੱਕਦੀਆਂ ਜਿੰਨੀਆਂ ਮਰਜ਼ੀ ਦੇਈ ਜਾਵੇ। ਇਸ ਕਰਕੇ ਮੈਂ ਕਹਿਣਾ ਚਾਹੁੰਦਾ, ਸ਼ਹੀਦ ਆਜ਼ਮ ਭਗਤ ਸਿੰਘ, ਸਰਦਾਰ ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਰਾਜਗੁਰੂ ਸੁਖਦੇਵ, ਇਹਨਾਂ ਨੇ ਆਪਣੀਆਂ ਜਿਉਣ ਦੀਆਂ ਵਾਰੀਆਂ ਆਪਾਂ ਨੂੰ ਦਿੱਤੀਆਂ ਨੇ ਕਿ ਅਸੀਂ ਨਹੀਂ ਜਿਉਂਦੇ ਸਾਡੀ ਕੌਮ ਜਿਉਂਗੀ। ਗੁਰੂ ਗੋਬਿੰਦ ਸਿੰਘ ਜੀ ਸਰਬੰਸ ਵਾਰਿਆ, ਸਰਬੰਸ ਵਾਰਿਆ ਇਸ ਕਰਕੇ ਕਿ ਅਸੀਂ ਨਹੀਂ ਜਿਉਣਾ ਕੌਮ ਜਿਉਂਗੀ। ਆਪਣੀਆਂ ਵਾਰ ਲੋਕਾਂ ਦੇ ਦਿਲਾਂ 'ਚ ਵਸਣ ਵਾਸਤੇ ਆਪਣੀਆਂ ਵਾਰੀਆਂ ਦੇਣੀਆਂ ਪੈਂਦੀਆਂ, ਆਪਣੇ ਹਿੱਸੇ ਦੀਆਂ ਵਾਰੀਆਂ ਦੇਣੀਆਂ ਪੈਂਦੀਆਂ। ਨਹੀਂ ਵਾਰੀਆਂ ਲੈਣ ਵਾਲੇ ਤਾਂ ਬੜੇ ਨੇ, ਜਿਤਨੇ ਮਰਜ਼ੀ ਇਕੱਠੇ ਕਰ ਲਓ ਪੈਸੇ ਹੀਰੇ ਮੋਤੀ, ਮਗਰ ਖਿਆਲ ਇਤਨਾ ਰਹੇ
ਕਫਨ ਪੇ ਜੇਬ ਨਹੀਂ ਹੋਤੀ, ਸਾਰਾ ਕੁਝ ਇੱਥੇ ਹੀ ਰਹਿ ਜਾਂਦਾ, ਫਿਰ ਕੋਈ ਨਹੀਂ ਲੈ ਕੇ ਜਾਂਦਾ।